ਬਟਾਲਾ ਵਿੱਚ ਦੇਰ ਰਾਤ ਇੱਕ ਘਰ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ। ਬਟਾਲਾ ਦੇ ਸ਼ੇਰਾਂ ਵਾਲੇ ਦਰਵਾਜ਼ੇ ਕੋਲ ਸਥਿਤ ਇੱਕ ਘਰ ਦੀ 3 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਪੂਰੇ ਮੁਹੱਲੇ ਵਿੱਚ ਹਫੜਾ ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਸੀ, ਜਿਸ ਤੋਂ ਬਾਅਦ ਇਹ ਅੱਗ ਰਸੋਈ ਵਿੱਚ ਪਏ ਗੈਸ ਸਿਲੰਡਰਾਂ ਤੱਕ ਪਹੁੰਚੀ ਅਤੇ 2 ਸਿਲੰਡਰ ਫਟ ਗਏ, ਜਿਸ ਤੋਂ ਬਾਅਦ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮੌਕੇ 'ਤੇ ਪਹੁੰਚੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਘਰ ਦੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ ਘਰ ਦਾ ਪੂਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ, ਪਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਰ ਰਾਤ 12 ਵਜੇ ਦੇ ਕਰੀਬ ਉਹ ਘਰ 'ਚ ਸੁੱਤੇ ਹੋਏ ਸਨ ਅਤੇ ਅਚਾਨਕ ਘਰ ਦੇ ਇੱਕ ਕਮਰੇ ਵਿੱਚੋਂ ਧੂੰਆਂ ਉੱਠਣ ਲੱਗਾ ਅਤੇ ਦੇਖਦੇ ਦੇਖਦੇ ਪੂਰੇ ਕਮਰੇ ਵਿੱਚ ਅੱਗ ਫੈਲ ਗਈ, ਜਿਸ ਤੋਂ ਬਾਅਦ ਉਹ ਬਚਣ ਦੇ ਲਈ ਘਰ ਦੀ ਛੱਤ ਉੱਪਰ ਚੜ੍ਹ ਗਏ ਅਤੇ ਇਸ ਤੋਂ ਬਾਅਦ ਅੱਗ ਨੇ ਰਸੋਈ ਘਰ ਵਿੱਚ ਪਏ ਸਿਲੰਡਰਾਂ ਨੂੰ ਆਪਣੀ ਲਪੇਟ ਵਿੱਚ ਲਿਆ ਅਤੇ 1 ਸਿਲੰਡਰ ਫਟਣ ਤੋਂ ਬਾਅਦ ਪੂਰੇ ਘਰ ਵਿੱਚ ਅੱਗ ਫੈਲ ਗਈ, ਜਿਸ ਤੋਂ ਬਾਅਦ ਉਹਨਾਂ ਨੇ ਛੱਤ ਤੋਂ ਗਵਾਂਢੀਆਂ ਦੇ ਘਰ 'ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਉਹਨਾਂ ਕਿਹਾ ਕਿ ਘਰ ਦੀ 3 ਮੰਜ਼ਿਲਾ ਇਮਾਰਤ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਮੌਕੇ 'ਤੇ ਪਹੁੰਚੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਗਨੀਮਤ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਈਟ ਪਰਿਵਾਰਕ ਮੈਂਬਰ, ਬਾਈਟ ਫਾਇਰਮੈਨ। 9 Star TV ਦੀ ਇਹ ਰਿਪੋਰਟ। ਮੇਰਾ ਰਾਜੂ ਜੀ। ਸਰ, ਰਾਤੀ ਪਤਾ ਨਹੀਂ ਸ਼ਾਰਟ ਸਰਕਟ ਹੋਇਆ, ਕੀ ਹੋਇਆ ਰਾਤੀ? ਯਕਦਮ ਹੀ ਜਿਹੜੀ ਹੈਗੀ ਅੱਗ ਲੱਗ ਗਈ ਇੱਥੇ ਨਹਿਰੂ ਗੇਟ ਉੱਪਰ ਹੀ ਆਸ਼ ਹੈ। 12 ਵਜੇ ਦੀ ਗੱਲ ਹੈ, 12:15-12 ਵਜੇ ਦੀ ਗੱਲ ਹੈ। ਸਰ, ਉੱਥੇ ਰਸੋਈ ਦੇ ਬਾਹਰ ਸਿਲੰਡਰ ਸੀ ਪਿਆ, ਪਹਿਲਾਂ ਮੋਟਰਸਾਈਕਲਾਂ ਨੂੰ ਅੱਗ ਪਈ ਹੈ, ਫਿਰ ਸਿਲੰਡਰ ਨੂੰ ਪਈ ਹੈ ਅੱਗ, ਫਿਰ ਆਪਾਂ ਨਾਲਦਿਆਂ ਦੇ ਕੋਠੇ 'ਤੇ ਛਾਲ ਮਾਰ ਕੇ ਸਾਰਿਆਂ ਨੇ ਬੱਚਿਆਂ ਸਮੇਤ ਜਾਨ ਬਚਾਈ ਆਪਣੀ। ਉਨੀ ਦਿਨ ਨੂੰ ਫਾਇਰ ਬ੍ਰਿਗੇਡ ਵਗੈਰੇ ਆ ਗਏ, ਪੁਲਿਸ ਵਾਲੇ ਮੁਲਾਜ਼ਮ ਆ ਗਏ, ਇਹਨਾਂ ਨੇ ਬੜੀ ਮੁਸ਼ਕਿਲ ਬੂਹਾ ਖੋਲ੍ਹ ਕੇ ਅਤੇ ਕਾਬੂ ਪਾਇਆ ਅੱਗ 'ਤੇ। ਸਰ, ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ, ਨੁਕਸਾਨ ਦੀ ਤਾਂ ਗਿਣਤੀ ਕੋਈ ਨਹੀਂ ਕਰ ਸਕਦੇ। ਮਤਲਬ ਘਰ ਦੀਆਂ ਜ਼ਰੂਰਤਾਂ ਦੇ ਸਮਾਨ, ਜੁਆਇੰਟ ਫੈਮਿਲੀ ਹੈ, ਸਾਰਾ ਹੀ ਨਸ਼ਟ ਹੋ ਗਿਆ। ਸਰ, ਵਾਸ਼ਿੰਗ ਮਸ਼ੀਨਾਂ 2, LED ਗਏ ਜੇ, 2 ਮੋਟਰਸਾਈਕਲ ਗਏ ਜੇ, AC ਗਿਆ ਜੇ, 1 ਪੱਖੇ ਵਗੈਰਾ ਗਏ ਜੇ, ਉਸ ਤੋਂ ਬਾਅਦ ਥੋੜ੍ਹਾ ਸ਼ੋਪ ਦਾ ਸਮਾਨ ਸੀ ਉਹ ਗਿਆ ਜੇ, ਸ਼ੋਪ ਮੇਰੀ ਕੋਸਮੈਟਿਕ ਦੀ ਹੈ ਬੋਲੀ। ਹਾਂਜੀ 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 ਭਾਅ ਜੀ, ਰਾਤ ਦੇ ਬੈਠੇ ਇਹਦੇ ਕੋਈ ਲੁਕਾ ਨਹੀਂ ਹੈਗਾ, ਇਹ ਕਹਿ ਨਹੀਂ ਸਕਦੇ ਜਿੰਨਾ ਕੁ ਨੁਕਸਾਨ ਹੋ ਗਿਆ ਸਾਡੇ ਲਈ, ਤਾਂ ਸੋਚਿਓ ਪਰੇ ਹੈ। ਜੇ ਸਿਲੰਡਰ ਫੜਨ ਦੀ ਗੱਲ ਕਰੀਏ, ਤੀਜੀ ਚੌਥੀ ਘਟਨਾ ਵਟਾਲੇ, ਇਹਦੇ ਬਾਰੇ ਕਿਵੇਂ ਕਹਿੰਦੇ? ਸਰ, ਹੁਣ ਕੀ ਕਹਿ ਸਕਦੇ ਹਾਂ, ਜੋ ਹੋਇਆ ਤਾਂ ਇਸ ਤਰ੍ਹਾਂ ਦੇ ਹੋਣਾ ਨਹੀਂ ਚਾਹੀਦਾ, ਕਿਸੇ ਨਾਮ ਨਹੀਂ ਹੋਣਾ ਚਾਹੀਦਾ, ਸਾਡੇ ਨਾਲ ਛੱਡ ਕੇ ਕਿਸੇ ਨਾਮ ਨਹੀਂ ਹੋਣਾ ਚਾਹੀਦਾ। ਸਰ, ਮੇਰਾ ਨਾਮ ਦਵਿੰਦਰ ਸਿੰਘ, ਫਾਇਰਮੈਨ। ਜਿਹੜੀ ਘਟਨਾ ਰਾਤੀ ਹੋਈ ਹੈ ਦਰਵਾਜ਼ੇ, ਸਰ ਇਹ ਕੋਈ 12:40 'ਤੇ ਸਾਨੂੰ ਫੋਨ ਆਇਆ ਕਿ ਸ਼ੇਰਾਂ ਵਾਲੇ ਦਰਵਾਜ਼ੇ ਸਿਲੰਡਰ ਬਲਾਸਟ ਹੋਇਆ ਅਤੇ ਘਰ ਨੂੰ ਅੱਗ ਲੱਗੀ ਹੈ। ਸੋ ਸਰ, ਅਸੀਂ ਗੱਡੀ 1 ਲੈ ਕੇ ਉੱਥੇ ਗਏ ਹਾਂ, ਜਾ ਕੇ ਵੇਖਿਆ ਕਿ ਘਰ ਮਤਲਬ 3 ਮੰਜ਼ਲੀ ਘਰ ਸੀਗਾ, 1 ਦੁਕਾਨ ਸੀਗੀ ਨਾਲ ਕੋਸਮੈਟਿਕ ਦੀ, ਉਹਨੂੰ ਅੱਗ ਲੱਗੀ ਹੋਈ ਸੀ ਜੋ ਕਿ ਅਸੀਂ ਬੁਝਾਈ ਆ, ਅਤੇ 2 ਸਿਲੰਡਰ ਬਲਾਸਟ ਹੋ ਚੁੱਕੇ ਸੀ ਅਤੇ 4 ਸਿਲੰਡਰ ਅਸੀਂ ਉਹਦੇ ਵਿੱਚੋਂ ਮਤਲਬ ਬਲਦੇ ਬੁਝਾ ਕੇ ਬਾਹਰ ਕੱਢੇ ਆ, ਅਤੇ 1 ਗੱਡੀ ਹੋਰ ਮੌਕੇ 'ਤੇ ਉੱਥੇ ਖੜੀ ਹੈ, 2 ਗੱਡੀਆਂ ਨਾਲ ਅਸੀਂ ਮਤਲਬ ਵੀ ਅੱਗ 'ਤੇ ਕਾਬੂ ਪਾਇਆ। ਨੁਕਸਾਨ ਜੀ, ਵੇਖੋ
ਇਹ ਤਾਂ ਘਰ ਵਾਲੇ ਦੱਸ ਸਕਦੇ ਵਾ ਕਿ ਬਾਕੀ 3 ਫਲੋਰ ਦੇ ਵਿੱਚ ਮਤਲਬ ਜੋ ਵੀ ਅੱਗ ਦੀ ਚਪੇਟ 'ਚ ਆਇਆ ਸਭ ਕੁਛ ਸੜ ਚੁੱਕਾ ਹੈ। ਉੱਥੇ ਮੋਟਰਸਾਈਕਲ ਵੀ ਹੈਗੇ ਸੀਗੇ 2 ਹੋਰ ਵੀ, ਬਾਕੀ ਰਾਤ ਦਾ ਟਾਈਮ ਪਤਾ ਨਹੀਂ ਲੱਗਾ ਜੀ ਮਤਲਬ ਕਿੰਨਾ ਕੁ ਸਮਾਨ ਉਹ ਘਰ ਵਾਲੇ। पता नहीं इतो पहले तो लाइट बंद हुई है, लाइट बंद हुई है पर उतो बाद बिल्कुल ही बंद हो गया सारा कुछ। तो थले आए तो धुआं धुआं इकट्ठा हो गया वा, और धुए नाल भांबड़ मच गया उपर तक, बच्चे सारे अंदर। अही बड़ी मुश्किल अपनी जाना बचाइया इतों, ये तो अग पूरी फैल गई दी ही उदों तक। 12:30 बजे का टाइम असी पहले असी कोठे गए हाँ छत उपर, सानू तो कोठों भी नहीं लगता सी असी अज वापस नहीं होना, आप इतें ही रह जाना वा। सानू कोई जरिया नहीं लभदा पिया ही, इदां लिया दा घर बंद सी। अभी बड़ी मुश्किल लोगों नू कह कह के उन्होंने बूहे तड़वाए आ, बहुत ज़्यादा सानू बहुत सारा कोई चीज़ नहीं बची, दो दो चीज़ें।